ਸੋ ਜੇ ਅਸੀਂ ਗੱਲ ਕਰੀਏ ਤਾਂ ਸਿਰਫ ਬੈਂਡਸ ਅਤੇ ਸਿਰਫ ਸਕੋਰ ਹਾਸਿਲ ਕਰਨਾ ਹੀ ਜਿਹੜਾ ਹੈ ਉਹ ਇੱਕ ਚੈਲੇਂਜ ਨਹੀਂ ਹੈ। ਉਸ ਤੋਂ ਬਾਅਦ ਫਾਈਲ ਪ੍ਰਿਪਰੇਸ਼ਨ, ਕਿਹੜਾ ਕਾਲਜ ਸਿਲੈਕਟ ਹੋ ਰਿਹਾ, ਇਹ ਵੀ ਇੱਕ ਬਹੁਤ ਵੱਡੀ ਜਿਹੜੀ ਗੱਲ ਹੈ। ਸਰ ਜੇ ਆਪਾਂ ਅਗਲੇ ਦੀ ਗੱਲ ਕਰੀਏ, ਅਗਲੀ ਪ੍ਰੋਫਾਈਲ ਦੀ, ਜਸਕਰਨ ਸਿੰਘ, 6 ਸਾਲ ਦਾ ਗੈਪ, ਆਰਟਸ ਦੇ ਵਿੱਚ ਸਿਰਫ 56% ਮਾਰਕਸ, ਇਹਦਾ ਵੀਜ਼ਾ ਕਿੱਦਾਂ ਆਇਆ, ਇਹਦੀ ਸਟੋਰੀ ਕੀ ਹੈ? ਨਹੀਂ, ਇਹ ਨਾ ਬੇਸਿਕਲੀ ਜਿਹੜਾ ਸਟੂਡੈਂਟ ਹੈ ਜਸਕਰਨ ਸਿੰਘ ਸਰ, ਇਹ ਨਾ ਸਟੂਡੈਂਟ ਹੈ ਜਲੰਧਰ ਤੋਂ। ਇਹਦੀ ਪ੍ਰੋਫਾਈਲ ਇਹ ਕਿ 2019 ਦੇ ਵਿੱਚ ਇਹ ਬੱਚੇ ਨੇ ਪਲੱਸ ਟੂ ਕੀਤੀ ਹੈ, 56% ਨੰਬਰ ਹੈ, 6 ਵਾਰ ਆਲਰੇਡੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ ਹੋਇਆ। ਇਹਦਾ ਵੀਜ਼ਾ ਮੈਂ ਹਾਸਿਲ ਕੀਤਾ, ਇਹਦਾ ਵੀਜ਼ਾ ਮੈਂ ਯੂਨੀਵਰਸਿਟੀ ਦੇ ਵਿੱਚ ਹਾਸਿਲ ਕੀਤਾ। ਹੁਣ ਸਵਾਲ ਇਹ ਹੈ ਕਿ ਕੈਨੇਡਾ ਦੇ ਵਿੱਚ ਇੱਕ ਖਾਸੀਅਤ ਹੈ ਜੋ ਬਹੁਤ ਸਾਰੇ ਬੱਚਿਆਂ ਨੂੰ ਸਮਝ ਨਹੀਂ ਪਏਗੀ। ਕੈਨੇਡਾ ਦੇ ਵਿੱਚ ਜਦੋਂ ਵੀ ਕਦੀ ਵੀਜ਼ਾ ਰਿਫਿਊਜ਼ ਹੋ ਜਾਂਦਾ, ਤੁਸੀਂ ਉਹਨੂੰ ਰੀਅਪਲਾਈ ਕਰ ਸਕਦੇ ਹੋ। ਲਾਸਟ ਟੂ ਲਾਸਟ ਮੰਥ ਸ਼ਾਇਦ ਤੁਸੀਂ ਮੇਰੇ ਨਾਲ ਇੱਕ ਆਪਾਂ ਸ਼ੋਅ ਕੀਤਾ, ਜਿਹਨੂੰ ਪਹਿਲੇ 7 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਲਿੱਤਾ, ਅੱਜ ਇਹ ਬੱਚਾ 6 ਰਿਫਿਊਜ਼ਲਾਂ ਤੋਂ ਬਾਅਦ ਹੈ ਨਾ। ਇਹ ਉਸੇ ਬੱਚੇ ਦਾ ਵੀਜ਼ਾ ਲਿੱਤਾ ਜਿਹੜਾ ਬੱਚਾ ਆਲਰੇਡੀ 6 ਵਾਰ ਰਿਫਿਊਜ਼ ਹੋ ਗਿਆ, ਜਿਸ ਕਾਲਜ ਤੋਂ ਰਿਫਿਊਜ਼ ਹੋ ਰਿਹਾ ਉਹ ਕਾਲਜ ਵਿੱਚ ਕਲਸਰ ਨੇ ਸਹੀ ਕੋਰਸ ਨਹੀਂ ਚੂਜ਼ ਕੀਤਾ। 2019 ਪਾਸ ਆਊਟ ਹੈ, 56% ਨੰਬਰ ਹੈ, ਸਾਨੂੰ ਸਮਝ 'ਚ ਆ ਗਿਆ ਕਿ ਬੱਚੇ ਦੇ ਸਬਜੈਕਟ ਕਿਹੜਾ ਸਬਜੈਕਟ ਚੰਗਾ ਜਿਸ ਦੇ ਬੇਸ ਤੋਂ ਅੱਗੇ ਐਡਮਿਸ਼ਨ ਦਵਾਈ ਔਰ 6 ਰਿਫਿਊਜ਼ਲਾਂ ਤੋਂ ਬਾਅਦ ਇਹਨੂੰ ਵੀਜ਼ਾ ਮਿਲਿਆ। ਹੁਣ ਇਹ ਡਿਪੈਂਡ ਕਰਦਾ ਤੁਸੀਂ ਜਦੋਂ ਫਾਈਲ ਹਾਈ ਕਮਿਸ਼ਨ ਦੇ ਵਿੱਚ ਲਗਾ ਰਹੇ ਹੋ, ਜਿਹੜਾ ਕਾਲਜ ਸਿਲੈਕਟ ਕਰ ਰਹੇ ਹੋ, ਕਾਲਜ ਕਿਸ ਤਰ੍ਹਾਂ ਦਾ ਹੈ, ਉਸ ਕਾਲਜ ਨੂੰ ਤੁਸੀਂ SOP ਦੇ ਵਿੱਚ ਕਿੱਦਾਂ ਐਕਸਪਲੇਨ ਕਰੋਗੇ। ਆਪਾਂ ਸਰ ਬਾਰ ਬਾਰ ਇਹ ਚੀਜ਼ ਕਹਿੰਦੇ, ਜਦੋਂ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰੋ, ਆਪਣੇ ਡਾਕੂਮੈਂਟੇਸ਼ਨ ਐਵੀਡੈਂਸ ਸਭ ਤੋਂ ਜ਼ਿਆਦਾ ਲਗਾਓ, ਆਪਣੇ ਫਾਈਨੈਂਸ਼ੀਅਲਸ ਲਗਾਓ, ਆਪਣੀ ਇਨਕਮ ਸੋਰਸ ਲਗਾਓ, ਆਪਣੀ ਤੁਸੀਂ ਜਿਹੜੇ ਐਸੈਟਸ ਹੈ ਉਹ ਦਿਖਾਓ। ਤੁਸੀਂ ਵੀਜ਼ਾ ਆਫਿਸਰ ਨੂੰ ਇਹ ਕਨਵਿੰਸ ਕਰੋ ਕਿ ਤੁਸੀਂ ਪੜ੍ਹ ਕੇ ਵਾਪਸ ਆਓਗੇ। ਤੁਸੀਂ ਵੀਜ਼ਾ ਆਫਿਸਰ ਨੂੰ ਇਹ ਕਨਵਿੰਸ ਕਰੋ ਕਿ ਜੋ ਜਿੰਨਾ ਤੁਹਾਡਾ ਉੱਥੇ ਦੀ ਪੜ੍ਹਾਈ ਦਾ ਖਰਚਾ ਹੈ ਜਾਂ ਜਿੰਨੇ ਤੁਹਾਡੇ ਕੋਲ ਉੱਥੇ ਰਹਿਣ ਖਾਣ ਪੀਣ ਦਾ ਖਰਚਾ, ਉਹ ਤੁਸੀਂ ਇੰਡੀਆ ਤੁਹਾਡੇ ਕੋਲ ਐਡਜਸਟਮੈਂਟ ਤੁਸੀਂ ਕਰ ਸਕਦੇ ਹੋ। ਫਿਰ ਉਸ ਤੋਂ ਇਲਾਵਾ ਹੈ ਕਿ ਉਹ ਕੋਰਸ ਕਰਕੇ ਕੀ ਬੈਨੀਫਿਟ ਹੈ। ਜੋ ਕੋਰਸ ਮੈਂ ਕੈਨੇਡਾ ਵਿੱਚ ਕਰਨ ਜਾ ਰਿਹਾ, ਜੋ ਕੋਰਸ ਮੈਂ ਆਸਟ੍ਰੇਲੀਆ 'ਚ ਕਰਨ ਜਾ ਰਿਹਾ, ਜੋ ਕੋਰਸ ਮੈਂ UK ਕਰਨ ਜਾ, ਉਸ ਕੋਰਸ ਦਾ ਕੀ ਬੈਨੀਫਿਟ ਹੈ, ਫਿਊਚਰ ਕੀ ਹੈ, ਉਹ ਸਾਰੀ ਚੀਜ਼ਾਂ ਤੁਸੀਂ ਅਪਲਾਈ ਅਗਰ ਕਰਦੇ ਹੋ ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 7 ਬੈਂਡ ਦੀ ਵੀ ਰਿਫਿਊਜ਼ਲ ਆ ਰਹੀ ਹੈ, ਤਾਂ ਸੋਚੋ ਕਿ 6 ਬੈਂਡ ਈਚ ਦੇ ਨਾਲ 2019 ਪਲੱਸ ਟੂ ਪਾਸ ਆਊਟ, 6 ਰਿਫਿਊਜ਼ਲਾਂ ਤੋਂ ਬਾਅਦ ਕੈਨੇਡਾ ਐਮਬੈਸੀ ਨੇ ਇਸ ਬੱਚੇ ਨੂੰ ਵੀਜ਼ਾ ਦਿੱਤਾ। ਔਰ ਇਹ ਬੱਚੇ ਨੂੰ ਇਹ ਲੱਗਦਾ ਸੀ ਕਿ ਮੇਰਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਹ ਬੱਚਾ ਸਾਡੇ ਕੋਲ ਅਪਲਾਈ ਕਰਨ ਤੋਂ ਪਹਿਲਾਂ ਇਹਨੇ ਸਿੰਗਾਪੁਰ ਦਾ ਵੀਜ਼ਾ ਵੀ ਅਪਲਾਈ ਕੀਤਾ ਹੋਇਆ, ਉਹ ਇਹਦਾ ਫਾਈਲ ਇਹਨੇ ਵਿਦਡਰਾਅ ਕਰਤੀ, ਉਸ ਤੋਂ ਸਾਡੇ ਕੋਲ ਦੁਬਾਰਾ ਆਇਆ, ਆਪਾਂ ਨੂੰ ਕੈਨੇਡਾ ਲਈ ਕਨਵਿੰਸ ਕੀਤਾ ਕਿ ਤੂੰ ਕੈਨੇਡਾ ਅਪਲਾਈ ਕਰ, ਤੇਰੀ ਪ੍ਰੋਫਾਈਲ ਠੀਕ ਹੈ, ਤੇਰਾ ਰਿਫਿਊਜ਼ਲ ਇੱਕ ਅਲੱਗ ਪਾਰਟ ਹੈ, ਪਰ ਤੂੰ ਆਪਣੇ ਕੇਸ ਉੱਤੇ ਐਫਰਟਸ ਲਏਗਾ, ਵੀਜ਼ਾ ਹਾਸਿਲ ਕਰ ਸਕੇਗਾ, ਤਾਂ 6 ਰਿਫਿਊਜ਼ਲਾਂ ਦੇ ਬੱਚੇ ਦਾ ਸਾਨੂੰ ਵੀਜ਼ਾ ਮਿਲ ਗਿਆ ਜੀ। ਸੋ ਜੇ ਦੇਖਣ ਵਾਲੀ ਗੱਲ ਹੈ ਕਿ ਇੰਨੀ ਸਾਰੇ ਰਿਫਿਊਜ਼ਲਸ ਤੋਂ ਬਾਅਦ ਵੀ, ਕਿਉਂਕਿ ਕੈਨੇਡਾ ਜਿਹੜਾ ਹੈ ਉਹ ਅਲਾਓ ਕਰਦਾ ਕਿ ਤੁਸੀਂ ਰਿਫਿਊਜ਼ਲ ਤੋਂ ਬਾਅਦ ਵੀ ਜਿਹੜਾ ਫਾਈਲ ਲਗਾ ਸਕਦੇ ਹੋ, ਪਰ ਮੇਨ ਗੱਲ ਇਹ ਹੈ ਕਿ ਤੁਸੀਂ ਫਾਈਲ ਦੇ ਵਿੱਚ ਲਿਖ ਕੀ ਰਹੇ ਹੋ। ਜਿਵੇਂ ਕਿ ਸਰ ਨੇ ਦੱਸਿਆ, SOP ਬਹੁਤ ਇੰਪੋਰਟੈਂਟ ਹੈ, ਤੁਸੀਂ ਕਿਸ ਕੋਰਸ ਦੇ ਵਿੱਚ ਜਾ ਰਹੇ ਹੋ, ਕਿਹੜੀ ਯੂਨੀਵਰਸਿਟੀ ਚੂਜ਼ ਕਰ ਰਹੇ ਹੋ, ਉਹ ਬਹੁਤ ਇੰਪੋਰਟੈਂਟ ਹੈ। ਇਹਦੀ ਪ੍ਰੋਫਾਈਲ ਇਹ ਕਿ 2019 ਦੇ ਵਿੱਚ ਇਹ ਬੱਚੇ ਨੇ ਪਲੱਸ ਟੂ ਕੀਤੀ ਹੈ, 56% ਨੰਬਰ ਹੈ, 6 ਵਾਰ ਆਲਰੇਡੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ ਹੋਇਆ। ਇਹਦਾ ਵੀਜ਼ਾ ਮੈਂ ਹਾਸਿਲ ਕੀਤਾ, ਇਹਦਾ ਵੀਜ਼ਾ ਮੈਂ ਯੂਨੀਵਰਸਿਟੀ ਦੇ ਵਿੱਚ ਹਾਸਿਲ ਕੀਤਾ। ਹੁਣ ਸਵਾਲ ਇਹ ਹੈ ਕਿ ਕੈਨੇਡਾ ਦੇ ਵਿੱਚ ਇੱਕ ਖਾਸੀਅਤ ਹੈ ਜੋ ਬਹੁਤ ਸਾਰੇ ਬੱਚਿਆਂ ਨੂੰ ਸਮਝ ਨਹੀਂ ਪਏਗੀ। ਕੈਨੇਡਾ ਦੇ ਵਿੱਚ ਜਦੋਂ ਵੀ ਕਦੀ ਵੀਜ਼ਾ ਰਿਫਿਊਜ਼ ਹੋ ਜਾਂਦਾ, ਤੁਸੀਂ ਉਹਨੂੰ ਰੀਅਪਲਾਈ ਕਰ ਸਕਦੇ ਹੋ। ਲਾਸਟ ਟੂ ਲਾਸਟ ਮੰਥ ਸ਼ਾਇਦ ਤੁਸੀਂ ਮੇਰੇ ਨਾਲ ਇੱਕ ਆਪਾਂ ਸ਼ੋਅ ਕੀਤਾ, ਜਿਹਨੂੰ ਪਹਿਲੇ 7 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਲਿੱਤਾ, ਅੱਜ ਇਹ ਬੱਚਾ 6 ਰਿਫਿਊਜ਼ਲਾਂ ਤੋਂ ਬਾਅਦ ਹੈ ਨਾ। ਇਹ ਉਸੇ ਬੱਚੇ ਦਾ ਵੀਜ਼ਾ ਲਿੱਤਾ ਜਿਹੜਾ ਬੱਚਾ ਆਲਰੇਡੀ 6 ਵਾਰ ਰਿਫਿਊਜ਼ ਹੋ ਗਿਆ, ਜਿਸ ਕਾਲਜ ਤੋਂ ਰਿਫਿਊਜ਼ ਹੋ ਰਿਹਾ ਉਹ ਕਾਲਜ ਵਿੱਚ ਕਲਸਰ ਨੇ ਸਹੀ ਕੋਰਸ ਨਹੀਂ ਚੂਜ਼ ਕੀਤਾ। 2019 ਪਾਸ ਆਊਟ ਹੈ, 56% ਨੰਬਰ ਹੈ, ਸਾਨੂੰ ਸਮਝ 'ਚ ਆ ਗਿਆ ਕਿ ਬੱਚੇ ਦੇ ਸਬਜੈਕਟ ਕਿਹੜਾ ਸਬਜੈਕਟ ਚੰਗਾ ਜਿਸ ਦੇ ਬੇਸ ਤੋਂ ਅੱਗੇ ਐਡਮਿਸ਼ਨ ਦਵਾਈ ਔਰ 6 ਰਿਫਿਊਜ਼ਲਾਂ ਤੋਂ ਬਾਅਦ ਇਹਨੂੰ ਵੀਜ਼ਾ ਮਿਲਿਆ। ਹੁਣ ਇਹ ਡਿਪੈਂਡ ਕਰਦਾ ਤੁਸੀਂ ਜਦੋਂ ਫਾਈਲ ਹਾਈ ਕਮਿਸ਼ਨ ਦੇ ਵਿੱਚ ਲਗਾ ਰਹੇ ਹੋ, ਜਿਹੜਾ ਕਾਲਜ ਸਿਲੈਕਟ ਕਰ ਰਹੇ ਹੋ, ਕਾਲਜ ਕਿਸ ਤਰ੍ਹਾਂ ਦਾ ਹੈ, ਉਸ ਕਾਲਜ ਨੂੰ ਤੁਸੀਂ SOP ਦੇ ਵਿੱਚ ਕਿੱਦਾਂ ਐਕਸਪਲੇਨ ਕਰੋਗੇ। ਆਪਾਂ ਸਰ ਬਾਰ ਬਾਰ ਇਹ ਚੀਜ਼ ਕਹਿੰਦੇ, ਜਦੋਂ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰੋ, ਆਪਣੇ ਡਾਕੂਮੈਂਟੇਸ਼ਨ ਐਵੀਡੈਂਸ ਸਭ ਤੋਂ ਜ਼ਿਆਦਾ ਲਗਾਓ, ਆਪਣੇ ਫਾਈਨੈਂਸ਼ੀਅਲਸ ਲਗਾਓ, ਆਪਣੀ ਇਨਕਮ ਸੋਰਸ ਲਗਾਓ, ਆਪਣੀ ਤੁਸੀਂ ਜਿਹੜੇ ਐਸੈਟਸ ਹੈ ਉਹ ਦਿਖਾਓ। ਤੁਸੀਂ ਵੀਜ਼ਾ ਆਫਿਸਰ ਨੂੰ ਇਹ ਕਨਵਿੰਸ ਕਰੋ ਕਿ ਤੁਸੀਂ ਪੜ੍ਹ ਕੇ ਵਾਪਸ ਆਓਗੇ। ਤੁਸੀਂ ਵੀਜ਼ਾ ਆਫਿਸਰ ਨੂੰ ਇਹ ਕਨਵਿੰਸ ਕਰੋ ਕਿ ਜੋ ਜਿੰਨਾ ਤੁਹਾਡਾ ਉੱਥੇ ਦੀ ਪੜ੍ਹਾਈ ਦਾ ਖਰਚਾ ਹੈ ਜਾਂ ਜਿੰਨੇ ਤੁਹਾਡੇ ਕੋਲ ਉੱਥੇ ਰਹਿਣ ਖਾਣ ਪੀਣ ਦਾ ਖਰਚਾ, ਉਹ ਤੁਸੀਂ ਇੰਡੀਆ ਤੁਹਾਡੇ ਕੋਲ ਐਡਜਸਟਮੈਂਟ ਤੁਸੀਂ ਕਰ ਸਕਦੇ ਹੋ। ਫਿਰ ਉਸ ਤੋਂ ਇਲਾਵਾ ਹੈ ਕਿ ਉਹ ਕੋਰਸ ਕਰਕੇ ਕੀ ਬੈਨੀਫਿਟ ਹੈ। ਜੋ ਕੋਰਸ ਮੈਂ ਕੈਨੇਡਾ ਵਿੱਚ ਕਰਨ ਜਾ ਰਿਹਾ, ਜੋ ਕੋਰਸ ਮੈਂ ਆਸਟ੍ਰੇਲੀਆ 'ਚ ਕਰਨ ਜਾ ਰਿਹਾ, ਜੋ ਕੋਰਸ ਮੈਂ UK ਕਰਨ ਜਾ, ਉਸ ਕੋਰਸ ਦਾ ਕੀ ਬੈਨੀਫਿਟ ਹੈ, ਫਿਊਚਰ ਕੀ ਹੈ, ਉਹ ਸਾਰੀ ਚੀਜ਼ਾਂ ਤੁਸੀਂ ਅਪਲਾਈ ਅਗਰ ਕਰਦੇ ਹੋ ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 7 ਬੈਂਡ ਦੀ ਵੀ ਰਿਫਿਊਜ਼ਲ ਆ ਰਹੀ ਹੈ, ਅਤੇ ਸੋਚੋ ਕਿ 6 ਬੈਂਡ ਈਚ ਦੇ ਨਾਲ 2019 ਪਲੱਸ ਟੂ ਪਾਸ ਆਊਟ, 6 ਰਿਫਿਊਜ਼ਲਾਂ ਤੋਂ ਬਾਅਦ ਕੈਨੇਡਾ ਐਮਬੈਸੀ ਨੇ ਇਸ ਬੱਚੇ ਨੂੰ ਵੀਜ਼ਾ ਦਿੱਤਾ। ਔਰ ਇਹ ਬੱਚੇ ਨੂੰ ਇਹ ਲੱਗਦਾ ਸੀ ਕਿ ਮੇਰਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਹ ਬੱਚਾ
ਉਹ ਇਹਦਾ ਫਾਈਲ ਇਹਨੇ ਵਿਦਡਰਾਅ ਕਰਤੀ ਉਸ ਤੋਂ ਸਾਡੇ ਕੋਲ ਦੁਬਾਰਾ ਆਇਆ ਆਪਾਂ ਨੂੰ ਕੈਨੇਡਾ ਲਈ ਕਨਵਿੰਸ ਕੀਤਾ ਕਿ ਤੂੰ ਕੈਨੇਡਾ ਅਪਲਾਈ ਕਰ ਤੇਰੀ ਪ੍ਰੋਫਾਈਲ ਠੀਕ ਹੈ ਤੇਰਾ ਰਿਫਿਊਜ਼ਲ ਇੱਕ ਅਲੱਗ ਪਾਰਟ ਹੈ ਪਰ ਤੂੰ ਆਪਣੇ ਕੇਸ ਉੱਤੇ ਐਫਰਟਸ ਲਾਏਗਾ ਵੀਜ਼ਾ ਹਾਸਿਲ ਕਰ ਸਕੇਗਾ ਤਾਂ 6 ਰਿਫਿਊਜ਼ਲਾਂ ਦੇ ਬੱਚੇ ਦਾ ਸਾਨੂੰ ਵੀਜ਼ਾ ਮਿਲੇ।